ਮੁਹੰਮਦ ਆਲਮ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਲੰਧਰ ਦਾ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਸਾਥੀ ਵੱਲੋਂ ਬਾਦਲ ਸਾਹਿਬ ਦੀ ਮਹਿਰਬਾਨੀ ਨਾਲ ਜਨਾਬ ਮੁਹੰਮਦ ਆਲਮ ਸਾਹਿਬ ਵਾਸੀ ਪਿੰਡ ਡੋਲੀ ਕਲਾਂ ਆਦਮਪੁਰ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਜ਼ਿਲ੍ਹਾ ਜਲੰਧਰ ਵਿੱਚ ਬਤੌਰ ਮਾਣਯੋਗ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਪ੍ਰਵਾਨਗੀ ਜਿਹੜੀ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕੋਲੋਂ ਔਰ ਜ਼ਿਲ੍ਹਾ ਪ੍ਰਧਾਨ ਜੀ ਕੋਲੋਂ ਲੈਣ ਉਪਰੰਤ ਅੱਜ ਚਿੱਠੀ ਜਿਹੜੀ ਆ ਇਹਨਾਂ ਨੂੰ ਅੱਜ ਅਸੀਂ ਬੜੇ ਮਾਣ ਨਾਲ ਦੇ ਰਹੇ ਹਾਂ ਅਤੇ ਮੈਨੂੰ ਇਹ ਚਿੱਠੀ ਦਿੰਦਿਆਂ ਔਰ ਇਹ ਜ਼ਿੰਮੇਵਾਰੀ ਪਾਰਟੀ ਦੀ ਦਿੰਦਿਆਂ ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਸਾਰੇ ਆਪਣੇ ਗੁੱਜਰ ਭਾਈਚਾਰੇ ਦੇ ਭਰਾਵਾਂ ਨੂੰ ਇਹ ਮੁਬਾਰਕਬਾਦ ਦਿੰਦਾ ਔਰ ਇਹ ਉਮੀਦ ਕਰਦਾ ਕਿ ਆਉਣ ਵਾਲੀਆਂ ਚੋਣਾਂ 'ਚ ਹੁਣ ਤੁਸੀਂ ਸਾਰੇ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੀ ਜਿੱਤ ਦਿਵਾਓਗੇ ਤਾਂ ਕਿ ਜਿਹੜੀਆਂ ਆਪਣੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਨੂੰ ਫਿਰ ਆਪਣੀ ਪਾਰਟੀ ਉਹਨਾਂ ਨੂੰ ਹੱਲ ਕਰ ਸਕੇ। ਪਹਿਲਾਂ ਵੀ ਤੁਸੀਂ ਬਾਦਲ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਹਾਂ ਪੰਜਾਬ 'ਚ ਅਤੇ ਹਮੇਸ਼ਾ ਜਿੱਤ ਦਰਜ ਹੁੰਦੀ ਆ। ਐਤਕੀ ਵੀ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਅਕਾਲੀ ਦਲ ਦੇ ਨਾਲ ਅਤੇ ਜਿਹੜਾ ਸਾਡਾ ਗਠਜੋੜ ਹੋਇਆ ਬਹੁਜਨ ਸਮਾਜ ਪਾਰਟੀ ਨਾਲ ਤੁਸੀਂ ਇਕੱਠੇ ਹੋ ਕੇ ਉਹਨਾਂ ਸਾਰੇ ਉਮੀਦਵਾਰਾਂ ਨੂੰ ਚਾਹੇ ਕਰਤਾਰਪੁਰ 'ਚ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਆ, ਇੱਥੇ ਅਕਾਲੀ ਦਲ ਦਾ, ਜਿੱਥੇ ਜਿੱਥੇ ਆਪਣੇ ਤੱਕੜੀ ਅਤੇ ਹਾਥੀ ਦੇ ਉਮੀਦਵਾਰ ਆ ਉਹਨਾਂ ਨੂੰ ਆਪਾਂ ਜਿਤਾਉਣ ਦਾ ਸਾਰੇ ਕੰਮ ਕਰਾਂਗੇ। Thank you.